ਮਿੱਤਰੋ ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਾਂ ਹੀ ਪੂਰੇ ਘੈਂਟ। ਅਤੇ ਅੱਜ ਆਪਾਂ ਲੱਗੇ ਸੀਗੇ ਆਪਣਾ ਖੂਹ ਦੀ ਸਾਫ਼ ਸਫਾਈ ਕਰਨ, ਅਤੇ ਕਹਿੰਦੇ ਸੀਗੇ ਬਾਬੇ ਖੂਹ ਸਾਫ਼ ਕਰਨਾ ਗਾ, 7-8 ਫੁੱਟ ਡੂੰਘਾ ਕਰਨਾ, ਪੁਰਾਣਾ ਇਤਿਹਾਸ ਸਾਂਭਣਾ ਗਾ। ਆ ਦੇਖ ਲਓ ਮਿੱਤਰ, ਵਿੱਚੋਂ ਐਂ ਖੜ ਜਾਏ, ਆ ਦੋ ਬੰਦੇ ਵਿੱਚ ਵਾਲੇ ਨੇ, ਆਹ ਖੜਾ ਇੱਕ ਇੱਕ ਟਰੈਕਟਰ ਉਹ ਆਪ ਖਿੱਚਣ 'ਤੇ ਲਾਇਆ, ਦੋ ਜਾਣੇ ਫੜ ਕੇ ਅਤੇ ਟਰਾਲੀ ਭਰਦੇ ਨੇ, ਅਤੇ ਦੇਖ ਲੈ ਕਿੰਨੇ ਦਿਨ ਲੱਗਦੇ ਨੇ। ਮੈਨੂੰ ਲੱਗਦਾ ਘੱਟੋ ਘੱਟ 4-5 ਦਿਨ ਲੱਗ ਜਾਣੇ ਨੇ ਪਹਿਲੀ ਟਰਾਲੀ ਹਾਲੇ ਤਾਂ, ਫਿਰ ਇਹਨੂੰ ਪਲਸਤਰ ਪਲੁਸਤਰ ਕਰਾਂਗੇ ਅਤੇ ਦਿਖਾਉਣੇ ਤੁਹਾਨੂੰ ਅੱਗੇ ਫਿਰ ਕੀ ਬਣਦਾ। ਟਰਾਲੀ ਕੱਢਣਾ ਬਾਬੇ, ਟਰਾਲੀ ਦਿੱਤੀ ਸੀ ਕੱਢ, ਅਤੇ ਆਹ ਆਪਾਂ ਲਾਉਣਾ ਬੈਗ ਉੱਥੇ। ਮਿੱਤਰ ਲੱਗ ਗਏ ਸੀਗੇ ਅਤੇ ਮੈਨੂੰ ਕਹਿੰਦੇ ਤੂੰ ਖਿੱਚ ਟੋਕਰੇ, ਆਪਾਂ ਬਹਿ ਗਏ ਸੀਗੇ ਟਰੈਕਟਰ 'ਤੇ। ਲੱਗਿਆ ਬਾਬੇ ਟਰਾਲੀ ਦਿਖਾਉਣੇ ਤੁਹਾਨੂੰ, ਪਰੇ ਕਰ ਲਾ ਲੈ ਗਿਆ ਲੈ ਗਿਆ, ਤਕੜਾ ਤਕੜਾ ਬਾਲਾ ਗੱਬਾ ਭਰੀ ਜਾਣੇ ਹੁੰਦੇ ਟਰਾਲੀਆਂ, ਭਰਤੀ ਸੀਗੇ ਉਹ ਵਾਲੀਆਂ, ਦੂਜੀ ਲਾਈ ਸੀ ਉਹਨੂੰ ਥੋੜ੍ਹਾ ਜਿਹਾ ਮਾਲ ਪਊਗਾ, ਇੱਕ ਬੰਦਾ ਸਾਡਾ ਚੱਲਿਆ ਆਹ ਜਾ ਕੇ ਧਾਰ ਜੋੜੀ ਆ। ਵਰਤੀ ਬੁਰਤੀ ਆ ਗਈ ਸੀ ਬਾਬੇ, ਵਰਤੀ ਬੁਰਤੀ ਕੱਟਦੀ ਬਹੁਤ ਸਵਾਦ ਸੀਗੀ। ਤੁਸੀਂ ਬਸ ਦੇਖਿਓ ਜੀ ਆਇਓ ਅਗਲੇ ਬਲੌਗਾਂ ਦੇ ਵਿੱਚ ਇੱਥੇ ਹੁੰਦਾ ਕੀ ਆ, ਬਸ ਐਂ ਕੱਢ ਕੇ ਟੋਕਰਾ ਉੱਧਰ ਪਲਟਾ ਦਿੰਦੇ ਨੇ, ਆਪਣਾ ਕੰਮ ਤਾਂ ਬਸ ਦੂਜਾ ਲਓ ਬੈਠ ਲਓ, ਬਸ ਇੰਨਾ ਕੰਮ ਆਪਣਾ। ਮਿੱਤਰੋ ਬਲੌਗ ਦਾ ਦਿਨ ਦੂਜਾ ਲੱਗ ਕੇ ਹੋਏ ਨੇ ਹੈਗੇ, ਅੱਜ ਵੀ ਖੂਹ 'ਚੋਂ ਰੋੜੇ ਰੱਪੇ ਸਾਫ਼ ਸਾਫ਼ ਕਰਨ ਖੂਹ ਨੂੰ। ਮੈਂ ਚੱਲਿਆ ਸੀਗਾ ਟਰਾਲੀ ਲਾਹਿਆ ਇੱਕ, ਭਰੀ ਖੜੀ ਆ, ਕਹਿੰਦੇ ਆ ਜਾ, ਫੋਨ ਕਰਿਆ ਸੀਗਾ।
ਮੇਰੇ ਨਾਲ ਚਾਤੀ ਯਾਰਾਂ ਦੀ।